ਆਜ਼ਾਦੀ ਦੁਆਬਾ ਜਿੰਦਾਬਾਦ। ਅੱਜ 15 ਅਗਸਤ ਵਾਲੇ ਦਿਨ ਜਿਹੜਾ ਸਾਰਾ ਦੇਸ਼ ਆਜ਼ਾਦੀ ਮਨਾ ਰਿਹਾ, ਉੱਥੇ ਸਾਡੇ ਜਿਹੜਾ ਪੰਜਾਬ ਆ, ਸਾਡਾ ਕਿਸਾਨੀ ਆ, ਉਹ ਇੱਕ ਗੁਲਾਮੀ ਵੱਲ ਧਕੇਲਿਆ ਜਾ ਰਿਹਾ। ਉਸ ਨੂੰ ਮੁੱਖ ਰੱਖਦੇ ਹੋਏ ਇੱਕ ਟਰੈਕਟਰ ਮਾਰਚ ਕੱਢਿਆ ਜਾਣਾ ਹੈ, ਜਿਹੜਾ ਮਾਰਚ ਆਪਣੇ ਜ਼ਿਲ੍ਹਾ ਅਧਿਕਾਰੀ ਦੇ ਕੋਲ ਜਾ ਕੇ, ਉੱਥੇ ਜਿਹੜਾ ਮੋਦੀ ਇੱਕ ਨਵਾਂ ਕਾਨੂੰਨ ਲੈ ਕੇ ਆਇਆ, ਉਹ ਕਾਨੂੰਨ ਕ੍ਰਿਮੀਨਲ ਸੰਸ਼ੋਧਨ ਲਾਅ ਲੈ ਕੇ ਆਇਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ 4 ਤੋਂ ਵੱਧ ਕਿਸਾਨ ਜਿਹੜੇ ਆ ਇਕੱਠੇ ਨਹੀਂ ਹੋ ਸਕਦੇ। ਦੂਸਰਾ, ਜਿਹੜਾ ਸੰਭੂ ਬਾਰਡਰ ਜਦੋਂ ਅਸੀਂ ਦਿੱਲੀ ਜਾ ਰਹੇ ਸੀ, ਉੱਥੇ ਸਰਕਾਰ ਵੱਲੋਂ ਜਿਹੜੇ ਤਾਇਨਾਤ ਪੁਲਿਸ ਅਧਿਕਾਰੀ ਸੀ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਵਾ ਉਹ ਗੋਲੀਆਂ ਦੇ ਨਾਲ ਸਾਡੇ ਕਈ ਜ਼ਖਮੀ ਹੋਏ ਕਿਸਾਨ ਵੀਰ ਅਤੇ ਸ਼ੁਭਕਰਮਨ ਸਿੰਘ ਹੋਣਾ ਦੀ ਸ਼ਹੀਦੀ ਹੋਈ। ਉਹਨਾਂ ਦੇ ਜਿਹੜਾ ਅਧਿਕਾਰੀਆਂ ਨੇ ਗੋਲੀਆਂ ਚਲਾਈਆਂ ਸੀਗੀਆਂ, ਜਿਨ੍ਹਾਂ ਨੇ ਅਤਿਆਚਾਰ ਕੀਤਾ, ਸਰਕਾਰ ਅੱਜ ਦੇ ਦਿਹਾੜੇ ਉੱਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਜਾ ਰਹੀ ਹੈ। ਇਹ ਸਾਡੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਜਿਹੜਾ ਸਰਕਾਰ ਕਰ ਰਹੀ ਹੈ। ਸਾਨੂੰ ਆਪ ਕਾਨੂੰਨ ਲਿਆ ਕੇ ਸਾਡੇ ਉੱਪਰ ਥੋਪੇ ਜਾ ਰਹੇ ਹਨ, ਤਾਂ ਕਿ ਅਸੀਂ ਜਿਹੜੇ ਕਿਸਾਨ ਉਹ ਖੇਤਾਂ ਤੱਕ ਹੀ ਰਹਿਣ ਨਾ, ਸਾਨੂੰ ਫਸਲਾਂ ਦਾ ਜਿਹੜਾ ਭਾਅ ਆ ਉਹ ਦਿੱਤਾ ਜਾ ਰਿਹਾ। ਇਸ ਲਈ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਇੱਕ ਤੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ, ਆਓ ਰਲ ਮਿਲ ਹੰਭਲਾ ਮਾਰੀਏ, ਜਿਹੜੇ ਆਪਣੇ ਅਧਿਕਾਰ ਆ ਉਹ ਲੈ ਸਕੀਏ। ਸੋ ਆਪ ਸਭ ਦਾ ਧੰਨਵਾਦ ਹੈ ਜੋ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਇਸ ਮਾਰਚ ਨੂੰ ਸਫਲ ਕਰਨ ਜਾ ਰਹੇ ਹਨ। ਬਹੁਤ ਬਹੁਤ ਧੰਨਵਾਦ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਮਾਰਚ ਚੱਬੇ ਵਾਲ ਸਮਾਪਤ ਹੋਏਗਾ ਜਾ ਕੇ, ਉਦੋਂ ਤੱਕ ਜਿਹੜੇ ਟਰੈਕਟਰ ਪਿੱਛੇ ਆਉਂਦੇ ਹਨ ਉਹ ਲਾਈਨ ਵਾਈਜ਼ ਚੱਲਣਗੇ। ਸਾਰੇ ਵੀਰ ਕਿਸੇ ਨੇ ਇੱਕ ਦੂਜੇ ਤੋਂ ਮੂਹਰੇ ਟਰੈਕਟਰ ਨਹੀਂ ਕੱਢਣਾ। ਬਹੁਤ ਬਹੁਤ ਧੰਨਵਾਦ ਹੈ ਆਪ ਸਭ ਦਾ। ਕਿਸਾਨ ਕਮੇਟੀ ਦੁਆਬਾ ਜਿੰਦਾਬਾਦ, ਕਿਸਾਨ ਕਮੇਟੀ ਦੁਆਬਾ ਜਿੰਦਾਬਾਦ। ਕਿ ਅੱਜ 15 ਅਗਸਤ ਵਾਲੇ ਦਿਨ ਜਿਹੜਾ ਸਾਰਾ ਦੇਸ਼ ਆਜ਼ਾਦੀ ਮਨਾ ਰਿਹਾ, ਉੱਥੇ ਸਾਡੇ ਜਿਹੜਾ ਪੰਜਾਬ ਆ, ਸਾਡਾ ਕਿਸਾਨੀ ਆ, ਉਹ ਇੱਕ ਗੁਲਾਮੀ ਵੱਲ ਧਕੇਲਿਆ ਜਾ ਰਿਹਾ। ਉਸ ਨੂੰ ਮੁੱਖ ਰੱਖਦੇ ਹੋਏ
ਇੱਕ ਟਰੈਕਟਰ ਮਾਰਚ ਕੱਢਿਆ ਜਾਣਾ ਹੈ, ਜਿਹੜਾ ਮਾਰਚ ਆਪਣੇ ਜ਼ਿਲ੍ਹਾ ਅਧਿਕਾਰੀ ਦੇ ਕੋਲ ਜਾ ਕੇ ਉੱਥੇ ਜਿਹੜਾ ਮੋਦੀ ਇੱਕ ਨਵਾਂ ਕਾਨੂੰਨ ਲੈ ਕੇ ਆਇਆ, ਉਹ ਕਾਨੂੰਨ ਕ੍ਰਿਮੀਨਲ ਸੰਸ਼ੋਧਨ ਲਾਅ ਲੈ ਕੇ ਆਇਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ 4 ਤੋਂ ਵੱਧ ਕਿਸਾਨ ਜਿਹੜੇ ਆ ਇਕੱਠੇ ਨਹੀਂ ਹੋ ਸਕਦੇ। ਦੂਸਰਾ, ਜਿਹੜਾ ਸੰਭੂ ਬਾਰਡਰ ਜਦੋਂ ਅਸੀਂ ਦਿੱਲੀ ਜਾ ਰਹੇ ਸੀ, ਉੱਥੇ ਸਰਕਾਰ ਵੱਲੋਂ ਜਿਹੜੇ ਤਾਇਨਾਤ ਪੁਲਿਸ ਅਧਿਕਾਰੀ ਸੀ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਵਾ ਉਹ ਗੋਲੀਆਂ ਦੇ ਨਾਲ ਸਾਡੇ ਕਈ ਜ਼ਖਮੀ ਹੋਏ ਕਿਸਾਨ ਵੀਰ ਅਤੇ ਸ਼ੁਭਕਰਮਨ ਸਿੰਘ ਹੋਣਾ ਵੀ ਸ਼ਹੀਦੀ ਹੋਈ। ਉਹਨਾਂ ਦੇ ਜਿਹੜਾ ਅਧਿਕਾਰੀਆਂ ਨੇ ਗੋਲੀਆਂ ਚਲਾਈਆਂ ਸੀਗੀਆਂ, ਜਿਨ੍ਹਾਂ ਨੇ ਅਤਿਆਚਾਰ ਕੀਤਾ, ਸਰਕਾਰ ਅੱਜ ਦੇ ਦਿਹਾੜੇ ਉੱਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਜਾ ਰਹੀ ਹੈ। ਇਹ ਸਾਡੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਜਿਹੜਾ ਸਰਕਾਰ ਕਰ ਰਹੀ ਹੈ। ਸਾਨੂੰ ਆਪ ਕਾਨੂੰਨ ਲਿਆ ਕੇ ਸਾਡੇ ਉੱਪਰ ਥੋਪੇ ਜਾ ਰਹੇ ਹਨ ਤਾਂ ਕਿ ਅਸੀਂ ਜਿਹੜੇ ਕਿਸਾਨ ਉਹ ਖੇਤਾਂ ਤੱਕ ਹੀ ਰਹਿਣ ਨਾ, ਸਾਨੂੰ ਫਸਲਾਂ ਦਾ ਜਿਹੜਾ ਭਾਅ ਆ ਉਹ ਦਿੱਤਾ ਜਾ ਰਿਹਾ। ਇਸ ਲਈ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਇੱਕ ਤੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ, ਆਓ ਰਲ ਮਿਲ ਹੰਭਲਾ ਮਾਰੀਏ, ਜਿਹੜੇ ਆਪਣੇ ਅਧਿਕਾਰ ਆ ਉਹ ਲੈ ਸਕੀਏ। ਸੋ ਆਪ ਸਭ ਦਾ ਧੰਨਵਾਦ ਹੈ ਜੋ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਇਸ ਮਾਰਚ ਨੂੰ ਸਫਲ ਕਰਨ ਜਾ ਰਹੇ ਹਨ। ਬਹੁਤ ਬਹੁਤ ਧੰਨਵਾਦ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਮਾਰਚ ਚੱਬੇ ਵਾਲ ਸਮਾਪਤ ਹੋਏਗਾ ਜਾ ਕੇ, ਉਦੋਂ ਤੱਕ ਜਿਹੜੇ ਟਰੈਕਟਰ ਪਿੱਛੇ ਆਉਂਦੇ ਹਨ ਉਹ ਲਾਈਨ ਵਾਲ ਚੱਲਣਗੇ। ਸਾਰੇ ਵੀਰ ਕਿਸੇ ਨੇ ਇੱਕ ਦੂਜੇ ਤੋਂ ਮੂਹਰੇ ਟਰੈਕਟਰ ਨਹੀਂ ਕੱਢਣਾ। ਬਹੁਤ ਬਹੁਤ ਧੰਨਵਾਦ ਹੈ ਆਪ ਸਭ ਦਾ।